ਹੁਣ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਕਈ ਵਾਰੀ ਇਹ ਉਲਾਂਭੇ ਦਿੰਦੇ ਆ ਵੀ ਇਹਦਾ ਨਾਨਾ ਨਾਨਾ ਸੀਗਾ ਅਰੂੜ ਸਿੰਘ ਸ਼ਾਇਦ ਵੀ ਉਹਨੇ ਕਹਿੰਦੇ ਵੀ ਜਨਰਲ ਡਾਇਰ ਨੂੰ ਕਹਿੰਦੇ ਸਰੋਪਾ ਦਿੱਤਾ ਕੱਲ ਤੱਕ ਮੈਨੂੰ ਲੱਗਦਾ ਵੀ ਉਹਨੇ ਵੀ ਇਤਿਹਾਸ ਦੇ ਆਹ ਗ੍ਰੰਥ ਪੜ੍ਹੇ ਹੋਣੇ ਆਹ ਸੁਣੇ ਹੋਣੇ ਕਥਾਵਾਂ ਆਹ ਸੁਣੀਆਂ ਹੋਣੀਆਂ ਵੀ ਜੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਲੇ ਜਹਾਂਗੀਰ ਨੂੰ ਤਸੀਹੇ ਦੇ ਕੇ ਕਤਲ ਕਰਨ ਵਾਲੇ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਅਕਾਲ ਤਖ਼ਤ ਤੋਂ ਸਰੋਪਾ ਦੇ ਸਕਦੇ ਤੇ ਜਨਰਲ ਡਾਇਰ ਨੂੰ ਸਰੋਪਾ ਫਿਰ ਕਿਉਂ ਨੀ ਦਿੱਤਾ ਜਾ ਸਕਦਾ? ਬਾਦਲ ਹੁਣਾਂ ਨੂੰ ਤਾਂ ਐਵੇਂ ਹੀ ਕਰੀ ਜਾਂਦੇ ਕੋਸੀ ਜਾਂਦੇ ਠੀਕ ਆ ਵਧੀਆ ਉਹ ਤਾਂ ਬਹੁਤ ਵਧੀਆ ਬੰਦੇ ਜਹਾਂਗੀਰ ਨੂੰ ਤਾਂ ਵਧੀਆ ਆ ਫਿਰ ਤੇ ਉਹ ਫਖਰੇ ਕੌਮ ਜਿਹੜਾ ਹੈਗਾ ਵਾਕਈ ਬਣਦਾ ਹੀ ਬਣਦਾ ਹੀ ਇੰਨਾ ਕੁਛ ਉਹਨੇ ਕੀਤਾ ਨਹੀਂ ਹੁਣ ਤੁਸੀਂ ਦੱਸੋ ਵੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ ਹਾਂਜੀ ਉਦੋਂ ਸਾਡੇ ਲੀਡਰਾਂ ਦਾ ਪਿੰਤੜਾ ਅੱਜ ਵੀ ਅਸੀਂ ਇਹ ਕਹੀ ਜਾਂਦੇ ਵੀ ਬਾਦਲਾਂ ਤੋਂ ਆਜ਼ਾਦ ਕਰਾਉਣੇ ਗੁਰਦੁਆਰੇ ਜਦ ਕਿ ਚਾਹੀਦਾ ਇਹ ਸੀ ਵੀ ਭਾਈ ਇਹ ਸਾਡੇ ਨੀ ਇਹ ਤਾਂ ਉਹਨਾਂ ਨੇ ਕਹਾਣੀਆਂ ਲਿਖੀਆਂ ਆ ਆਪਣੇ ਹਰੇਕ ਵੇਲੇ ਬਾਦਸ਼ਾਹ ਨੂੰ ਅਪਰੂਵਲ ਦੇਣ ਲਈ ਇਹ ਵਰਤੇ ਗਏ ਆ ਗੁਰਦੁਆਰੇ ਆਜ਼ਾਦ ਕਰਾਉਣ ਦੀ ਜਗ੍ਹਾ ਤੇ ਗੁਰਦੁਆਰਿਆਂ ਤੋਂ ਸਿੱਖ ਨੂੰ ਆਜ਼ਾਦ ਕਰਾਉਣ ਦੀ ਲੋੜ ਆ ਜਦ ਹੀ ਲੱਗਦਾ ਜੋ ਕੁਛ ਇਸ ਵਿੱਚ ਚੱਲ ਰਿਹਾ ਵਾ ਜਾਣਾ ਵੀ ਉੱਧਰ ਨੂੰ ਹੀ ਚਾਹੀਦਾ ਸੀਗਾ ਨਹੀਂ ਤਾਂ ਜਿੰਨੀ ਕੰਪਲੀਕੇਸ਼ਨਸ ਹੁਣ ਬਣ ਗਈ ਉਹ ਆ ਇਹ ਤੋਂ ਬਿਨਾਂ ਛੁਟਕਾਰਾ ਕੀ ਆ ਹੁਣ ਬਿਲਕੁਲ ਬਿਲਕੁਲ ਹੁਣ ਤਾਂ ਇੱਥੇ ਜਾਣੀ ਚਾਹੀਦਾ ਤਾਂ ਇਹ ਸੀ ਵੀ ਅੱਜ ਤੋਂ 100 ਸਾਲ ਪਹਿਲਾਂ ਅਸੀਂ ਖਹਿੜਾ ਛੱਡ ਦਿੰਦੇ ਪਰ ਹੋ ਕੀ ਰਿਹਾ ਆ ਅੱਜ 21ਵੀਂ ਸਦੀ ਚ ਤੰਬੂ ਦੇ ਵਿੱਚ ਕੋਈ ਗਰੁੱਪ ਆਪਣੀ ਮਰਜ਼ੀ ਨਾਲ ਕੋਈ ਵੀ ਕਿਤਾਬ ਰੱਖ ਕੇ ਪ੍ਰਕਾਸ਼ ਕਰਕੇ ਉੱਥੇ ਕਿਸੇ ਨੇ ਵੀਡੀਓ ਵੀ ਨਹੀਂ ਦਿਖਾਈ ਪਿਆ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਨਹੀਂ ਦਿਖਾਈ ਉੱਥੇ ਤਾਂ ਪਤਾ ਹੀ ਨਹੀਂ ਪ੍ਰਕਾਸ਼ ਕਿਹਦਾ ਕੀਤਾ ਉਹਨਾਂ ਨੇ ਠੀਕ ਹੈ ਚਲੋ ਮੈਂ ਸੁਣਾ ਪੜ੍ਹ ਕੇ ਦੱਸ ਦਿੰਦਾ ਵਾ ਜਿਹੜੇ ਮੁੜ ਕੇ ਪੁੱਛਣ ਲੱਗ ਪੈਂਦੇ ਆ ਕਿੱਥੇ ਲਿਖਿਆ ਹੋਇਆ ਹਾਂਜੀ ਸੂਰਜ ਪ੍ਰਕਾਸ਼ ਗ੍ਰੰਥ ਦੀ 5ਵੀਂ ਰਾਸ਼ੀ ਦਾ ਇਹ 9ਵਾਂ ਅਧਿਆਇ ਆ ਜੀ ਹਾਂਜੀ ਉਹਦੇ ਵਿੱਚ ਲਿਖਿਆ ਹੋਇਆ ਵੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਸੁਣਨ ਤੋਂ ਬਾਅਦ ਪੁਨ ਉੱਠ ਗੁਰਜੁਤ ਬਾਹਰ ਆਏ ਥਿਰੇ ਅਕਾਲ ਤਖ਼ਤ ਹਰਖਾਏ ਬਹੁ ਮੁੱਲੇ ਸਿਰ ਪਾਏ ਮੰਗਾਏ ਮਿਸ਼ਰੀ ਆਨਤ ਭੇਸ ਸਮਦਾਏ ਪਹਿਲਾਂ ਜਹਾਂਗੀਰ ਨੇ ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਕੀਰਤਨ ਸੁਣਿਆ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਉੱਠ ਕੇ ਬਾਹਰ ਆਏ ਆ ਜਿਸ ਵੇਲੇ ਬਾਹਰ ਅਕਾਲ ਤਖ਼ਤ ਦੇ ਉੱਤੇ ਪਹੁੰਚਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਹੁ ਮੁੱਲੇ ਬੜੇ ਕੀਮਤੀ ਸਰੋਪੇ ਜਿਹੜੇ ਹੈਗੇ ਉਸ ਵੇਲੇ ਮੰਗਵਾਏ ਆ ਤੇ ਸ਼੍ਰੀ ਹਰਗੋਬਿੰਦ ਗਹਿ ਨਿਜ ਹਾਥ ਦੀਓ ਸ਼ਾਹ ਕੋ ਕਰੁਣਾ ਸਾਥ ਲੇ ਸਿਰ ਪਾਓ ਗੁਰੂ ਕਰ ਕੇਰੋ ਧਰਿਓ ਸੀਸ ਪਰ ਪਾਓ ਕਨੇਰੋ ਵਾਹ 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 ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਉਹ ਸਰੋਪਾ ਜਿਹੜਾ ਹੈਗਾ ਵਾ ਉਹ ਜਹਾਂਗੀਰ ਨੂੰ ਦਿੱਤਾ ਤੇ ਜਹਾਂਗੀਰ ਨੇ ਉਹ ਸਰੋਪਾ ਲੈ ਕੇ ਬੜੇ ਪਿਆਰ ਦੇ ਨਾਲ ਆਪਣੇ ਸੀਸ ਦੇ ਉੱਤੇ ਉਤਾਰਿਆ ਆ ਤੇ ਫਿਰ ਅਪਰ ਸੰਘ ਜੇਤੇ ਉਮਰਾਓ ਸਭ ਕੋ ਸੁੰਦਰ ਦੇ ਸਿਰ ਪਾਓ ਦੀਨ ਸਿਤੋ ਪਲ ਗੁਰੂ ਪ੍ਰਸ਼ਾਦ ਸਭਨ ਦੀਨ ਕਰ ਕਰ ਅਹਿਲਾਦ ਫਿਰ ਉਸ ਤੋਂ ਬਾਅਦ ਜਿੰਨੇ ਹੋਰ ਉਹਦੇ ਉਮਰਾਓ ਅਹਿਲਕਾਰ ਸੀਗੇ ਉਹਨਾਂ ਨੂੰ ਵੀ ਸਰੋਪੇ ਦਿੱਤੇ ਆ ਤੇ ਨਾਲ ਦੀ ਨਾਲ ਗੁਰੂ ਸਾਹਿਬ ਨੇ ਪਤਾਸਿਆਂ ਦਾ ਪ੍ਰਸ਼ਾਦ ਜਿਹੜਾ ਹੈਗਾ ਇਹਨਾਂ ਸਾਰਿਆਂ ਨੂੰ ਦਿੱਤਾ ਆ ਜਾਣੀ ਕਿ ਜਿੱਥੇ ਅਸੀਂ ਦੀਵਾਲੀ ਵੇਲੇ ਹੁਣ ਇਹ ਇਤਿਹਾਸ ਸੁਣਾਉਂਦੇ ਹਾਂ ਆਪਣੇ ਗ੍ਰੰਥਾਂ ਦੇ ਵਿੱਚੋਂ ਵੀ ਗੁਰੂ ਸਾਹਿਬ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚਿਆ ਉੱਥੇ ਨਾਲ ਦੀ ਨਾਲ ਫਿਰ ਇਹ ਦੱਸਾਂਗਾ ਵੀ ਹੌਸਲਾ ਕਰਦੀ ਇਹਨਾਂ ਗ੍ਰੰਥਾਂ ਦੇ ਵਿੱਚੋਂ ਵੀ ਜਹਾਂਗੀਰ ਵੀ ਨਾਲ ਹੀ ਆਇਆ ਸੀ ਉਸ ਦਿਨ ਔਰ ਜਹਾਂਗੀਰ ਨੂੰ ਸਰੋਪਾ ਗੁਰੂ ਸਾਹਿਬ ਨੇ ਅਕਾਲ ਤਖ਼ਤ ਤੋਂ ਦਿੱਤਾ ਸੀਗਾ ਨਾਲ ਉਹਨੂੰ ਪ੍ਰਸ਼ਾਦ ਦਿੱਤਾ ਸੀ ਇਹ ਹਵਾਲੇ ਵੀ ਸਾਨੂੰ ਇਹਨਾਂ ਗ੍ਰੰਥਾਂ ਦੇ ਵਿੱਚੋਂ ਹੀ ਮਿਲਦੇ ਆ ਪਰ ਵੈਸੇ ਚਲੋ ਇਹ ਤਾਂ ਜਿਹੜੇ ਸੰਪਰਦਾਇ ਲੋਕ ਹੈਗੇ ਆ ਇਹ ਉਹਨਾਂ ਦੀ ਮਾਨਤਾ ਇਹ ਤਰਸਯੋਗ ਹਾਲਤ ਜਿਹੜੀ ਆ ਉਹ ਸਾਡੇ ਮਿਸ਼ਨਰੀ ਪ੍ਰਚਾਰਕਾਂ ਦੀ ਆ ਇਹਦੇ ਵਿੱਚ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਵੀ ਨਹੀਂ ਹੈਗੇ ਵੀ ਗੁਰੂ ਸਾਹਿਬ ਦੀਵਾਲੀ ਵਾਲੇ ਦਿਨ ਇੱਥੇ ਆਏ ਉਹ ਤਰੀਕ ਕੱਢਦੇ ਆ ਵੀ ਫਰਵਰੀ ਦੇ ਮਹੀਨੇ ਗੁਰੂ ਸਾਹਿਬ ਪਹੁੰਚੇ ਆ ਪਰ ਬੜੀ ਹਾਸੇ ਵਾਲੀ ਗੱਲ ਵੀ ਹੈਗੀ ਆ ਇਹ ਕਿ ਇਹ ਦੱਸਣ ਵਾਸਤੇ ਵੀ ਦੀਵਾਲੀ ਜਿਹੜੀ ਹੈਗੀ ਸਿੱਖਾਂ ਦਾ ਤਿਉਹਾਰ ਨਹੀਂ ਪ੍ਰਚਾਰਕਾਂ ਨੂੰ ਦੀਵਾਲੀ ਦੀ ਉਡੀਕ ਕਰਨੀ ਪੈਂਦੀ ਆ ਪਹਿਲਾਂ ਨਹੀਂ ਦੱਸ ਸਕਦੇ ਔਰ ਉਚੇਚੇ ਤੌਰ ਤੇ ਮੈਨੂੰ ਯਾਦ ਆ ਮੈਂ 97 ਦੇ ਵਿੱਚ ਪਹਿਲੀ ਵਾਰੀ ਇੰਗਲੈਂਡ ਗਿਆ ਸੀਗਾ ਇੱਥੋਂ ਕੈਨੇਡਾ ਤੋਂ ਹੋ ਕੇ ਤੇ ਉੱਥੇ ਵੁਲਵਰਹੈਂਪਟਨ ਗੁਰਦੁਆਰਾ ਸਾਹਿਬ ਮੈਂ ਦੀਵਾਲੀ ਦੇ ਉੱਤੇ ਮੈਂ ਉੱਥੇ ਸੀਗਾ ਔਰ ਮੈਨੂੰ ਚੇਤਾ ਵਾ ਵੀ 1 ਘੰਟਾ ਮੈਂ ਉੱਥੇ ਕਥਾ ਕੀਤੀ ਆ ਪੂਰੇ ਟੂਰ ਦੇ ਵਿੱਚ ਜਿੱਦਾਂ ਸਭ ਤੋਂ ਵੱਧ ਪੈਸੇ ਮੈਨੂੰ ਉਸ ਦਿਨ ਹੋਏ ਸੀ ਉਹਨਾਂ ਨੂੰ ਹੁੰਦਾ ਜਿਹੜੇ ਬਾਕੀ ਦੀਵਾਨ ਉਹ ਤਾਂ ਚੱਲੀ ਜਾਂਦੇ ਆ ਤੇ ਦੀਵਾਲੀ ਨੂੰ ਦੀਵਾਲੀ ਕਰਕੇ ਤਾਂ ਜਾ ਨਹੀਂ ਸਕਾਂਗੇ ਅਸੀਂ ਜਾ ਜਾ
ਪਰ ਦੇਖੋ ਮੈਂ ਉਹ ਗੱਲ ਕਰਦਾ ਵੀ ਦੀਵਾਲੀ ਲੋਕੀ ਜਿੰਨੇ ਆਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਰੇ ਦੀਵਾਲੀ ਦਾ ਕਰਕੇ ਤੁਸੀਂ ਫਰਵਰੀ ਦੇ ਵਿੱਚ ਬੰਦੀ ਛੋੜ ਮਨਾ ਕੇ ਦੇਖ ਲਿਓ ਕਿੰਨੀ ਸੰਗਤ ਆਉਂਦੀ ਉਹ ਬੰਦੀ ਛੋੜ ਵਾਲੇ ਦਿਨ ਆ ਦੀਵਾਲੀ ਫਰਵਰੀ ਦੇ ਵਿੱਚ ਉੱਥੇ ਭਾਵੇਂ ਤੁਸੀਂ ਡਰਾਈਵ ਥਰੂ ਵੀ ਕਰਕੇ ਦੇਖ ਲਿਓ ਵੀ ਕਿੰਨੀ ਸੰਗਤ ਉਸ ਦਿਨ ਆਉਂਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਿੰਨੇ ਲੋਕ ਆਉਂਦੇ ਆ ਉਹ ਦੀਵਾਲੀ ਦਾ ਕਰਕੇ ਹੀ ਆਉਂਦੇ ਆ ਔਰ ਮੈਂ ਉਹ ਗੱਲ ਦੱਸਦਾ ਪਿਆ ਸੀਗਾ ਵੀ ਸਭ ਤੋਂ ਵੱਧ ਪੈਸੇ ਮੈਨੂੰ ਦੀਵਾਲੀ ਵਾਲੇ ਦਿਨ ਇਹ ਦੱਸਣ ਦੇ ਹੋਏ ਵੀ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ ਇਹ ਦੱਸ ਕੇ ਵੀ ਦੀਵਾਲੀ ਨੂੰ ਇਹ ਦੱਸਿਆ ਵੀ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ ਸਭ ਤੋਂ ਵੱਧ ਪੈਸੇ ਮੈਨੂੰ ਉਸੇ ਦਿਨ ਇਸੇ ਗੱਲ ਦੱਸਣ ਦੇ ਹੋਏ ਦਿੱਤੇ ਲੋਕ ਔਰ ਹੈਰਾਨੀ ਦੀ ਗੱਲ ਇਹ ਵੀ ਉਚੇਚੇ ਤੌਰ ਤੇ ਉਡੀਕ ਜਿਹੜੀ ਹੈਗੀ ਸਾਨੂੰ ਇਸ ਦਿਨ ਦੀ ਕਰਨੀ ਪੈ ਰਹੀ ਹੈ ਦੱਸਣ ਵਾਸਤੇ ਕਿ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਤੇ ਸਭ ਤੋਂ ਵੱਡੀ ਢੇਰੀ ਵੀ ਅਸੀਂ ਇਸੇ ਦਿਨ ਤੇ ਚੱਕਦੇ ਪਏ ਪੁਰੇਵਾਲ ਕਹਿੰਦਾ ਸੀ ਕਿ ਜਦੋਂ ਨਾ ਉਹਨੇ ਕੈਲੰਡਰ ਇੰਟਰੋਡਿਊਸ ਕੀਤਾ ਸੀ ਹਾਂਜੀ ਕਈ ਮਹੀਨੇ ਲਾ ਕੇ ਉਹਨਾਂ ਨੇ ਆਬਜੈਕਸ਼ਨ ਸਭ ਤੋਂ ਵੱਡਾ ਇਹ ਕੀਤਾ ਸੀ ਵੀ ਬੰਦੀ ਛੋੜ ਦੀ ਡੇਟ ਫਿਕਸ ਨਹੀਂ ਕਰਨੀ ਅਸੀਂ ਉਹਦੇ ਨਾਲ ਚਲੋ ਹੋਲਾ ਮਹੱਲਾ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਆ ਜਿਹੜਾ ਇਹ ਤਿੰਨ ਡੇਟਾਂ ਉਹਨੇ ਪੰਗਾ ਪਾਇਆ ਸੀ ਵੀ ਇਹ ਉਹੀ ਰੱਖਣੀਆਂ ਆ ਜਿਹੜੀਆਂ ਹੈਗੀਆਂ ਵੀ ਜੰਤਰੀ ਨਾਲ ਰੱਖਣੀਆਂ ਵੀ ਪੱਕੀਆਂ ਕੱਢ ਦਿਓ ਤੁਸੀਂ ਉਹ ਉਹਨਾਂ ਨੇ 20-30-40 ਸਾਲ ਦੀਆਂ ਏਦਾਂ ਇਕੱਠੀਆਂ ਕੱਢ ਕੇ ਦਿੱਤੀਆਂ ਸੀ ਇਹਨਾਂ ਨੂੰ ਵੀ ਜਦੋਂ ਇਹ ਲਾਗੂ ਹੋਇਆ ਸੀ ਕੈਲੰਡਰ ਪਰ ਇਹਨੂੰ ਵੱਖਰਾ ਨਹੀਂ ਸੀ ਕਰਨਾ ਉਹਨਾਂ ਨੂੰ ਪਤਾ ਸੀ ਵੀ ਜੇ ਬੰਦੀ ਛੋੜ ਦੀਵਾਲੀ ਤੋਂ ਵੱਖਰਾ ਹੋ ਗਿਆ ਭਾਵੇਂ ਨਵੰਬਰ 'ਚ ਹੀ ਰਹਿ ਜਾਵੇ ਫਿਰ ਵੀ ਉਹ ਉਹ ਸਾਡੀ ਗੱਲ ਨਹੀਂ ਬਣਨੀ ਜੋ ਪ੍ਰਾਪਤ ਕਰਨਾ ਚਾਹੁੰਦੇ ਆ ਕਿਉਂਕਿ ਜੇ ਉਹਦੀ ਤਰੀਕ ਫਿਕਸ ਹੋ ਗਈ ਫਿਰ ਤਾਂ ਦੀਵਾਲੀ ਨਾਲ ਉਹਦਾ ਸੰਬੰਧ ਆਪਣੇ ਟੁੱਟ ਜਾਣਾ ਵੱਖਰਾ ਹੋ ਜਾਣਾ ਫਿਰ ਤਾਂ ਨਾਲ ਉਹਦੇ ਰਹਿਣਾ ਹੀ ਨਹੀਂ ਹੈਗਾ ਹਾਂ ਜਿਹੜੀ ਸਪੀਚ ਦੇ ਰਿਹਾ ਸੀ ਧੁੰਮਾ ਇੱਕ ਅੱਧੇ ਕੁ ਮਿੰਟ ਦਾ ਵਿੱਚੋਂ ਹੈਗਾ ਮਾੜਾ ਜਿਹਾ ਸੁਣਾ ਦਿਓ ਪਹਿਲਾਂ ਫਿਰ ਮੈਂ ਇੱਥੇ ਥੋੜੀ ਜਿਹੀ ਗੱਲ ਕਰ ਲੈਂਦਾ ਹਾਂਜੀ ਦੀਵਾਲੀ ਵਾਲੇ ਦਿਨ ਉੱਥੋਂ ਜਿੱਦਾਂ ਸੰਦੇਸ਼ ਦਿੱਤੇ ਕੌਮ ਦੇ ਨਾਂ ਤੇ ਇਹਨਾਂ ਜਥੇਦਾਰਾਂ ਨੇ ਹਾਂਜੀ ਤੇ ਧੁੰਮੇ ਨੇ ਵੀ ਗੱਲ ਕੀਤੀ ਹੈ ਧੁੰਮੇ ਨੇ ਐਕਚੁਅਲੀ ਉਹਦੇ ਵਿੱਚ ਨਾ ਜਿਹੜੇ ਬੰਦੀ ਛੋੜ ਦੇ ਨੇ ਆ ਨਾ ਹਾਂਜੀ ਤਿੰਨ ਬੰਦੀ ਛੋੜ ਦੇਣ ਦੀ ਗੱਲ ਕੀਤੀ ਆ ਹਾਂਜੀ ਉਹ ਤਾਂ ਮੈਂ ਖੈਰ ਉਦੋਂ ਵੀ ਦੱਸ ਦਿੰਦਾ ਪਰ ਮੈਂ ਕਹਿੰਦਾ ਵੀ ਚੱਲ ਅੱਧਾ ਕੁ ਮਿੰਟ ਦਾ ਕਲਿੱਪ ਹੈਗਾ ਤੁਸੀਂ ਸੁਣਾ ਦਿਓ ਫਿਰ ਆਪਾਂ ਉੱਥੇ ਗੱਲ ਥੋੜੀ ਜਿਹੀ ਕਰ ਲੈਂਦੇ ਠੀਕ ਹੈ ਜੀ ਮੈਂ ਸੁਣਾ ਦੇਣਾ ਹਾਂਜੀ ਮੁੱਖ ਰੱਖਿਆ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਏਮਨਾਬਾਦ ਦੀ ਧਰਤੀ ਤੇ ਬੰਦੀਆਂ ਨੂੰ ਬੰਦ ਖਲਾਸੀ ਦੀ ਦਾਤ ਬਖਸ਼ਿਸ਼ ਕੀਤੀ ਛੇਵੇਂ ਸਰੂਪ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਬੰਦ ਖਲਾਸੀ ਦੀ ਦਾਤ ਬਖਸ਼ਿਸ਼ ਕੀਤੀ ਔਰ ਦਸਮ ਪਿਤਾ ਜੀ ਨੇ ਪੂਨੇ ਸਤਾਰੇ ਦੇ ਕਿਲ੍ਹੇ ਵਿੱਚੋਂ ਬਾਲੇ ਰਾਏ ਰੁਸਤਮ ਰਾਏ ਦੋਨੋਂ ਰਾਜਿਆਂ ਨੂੰ ਬੰਦ ਖਲਾਸੀ ਦੀ ਦਾਤ ਬਖਸ਼ਿਸ਼ ਕੀਤੀ ਹੈ ਸੋ ਖਾਲਸਾ ਜੀ ਹਾਂਜੀ ਹਾਂਜੀ ਹੁਣ ਤਿੰਨ ਬੰਦੀ ਛੋੜ ਦਿਹਾੜਿਆਂ ਦਾ ਇਹ ਜ਼ਿਕਰ ਕਰਦਾ ਧੁੰਮਾ ਆਪਣੀ ਉਸ ਸਪੀਚ ਦੇ ਵਿੱਚ ਇੱਕ ਤਾਂ ਅਕਸਰ ਸਾਡੇ ਪ੍ਰਚਾਰਕ ਵੀ ਕਹਿੰਦੇ ਆ ਵੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੀ ਬੰਦੀ ਛੋੜਿਆ ਅਸਲ ਵਿੱਚ ਉਹਨਾਂ ਨੇ ਬਾਬਰ ਦੀ ਕੈਦ ਦੇ ਵਿੱਚੋਂ ਕੈਦੀ ਜਿਹੜੇ ਰਿਹਾ ਕਰਵਾਏ ਆ ਹਾਂਜੀ ਵੀ ਸਵਾਲ ਇਹ ਉੱਠਦਾ ਫਿਰ ਗੁਰੂ ਨਾਨਕ ਸਾਹਿਬ ਦਾ ਬੰਦੀ ਛੋੜ ਦਿਹਾੜਾ ਜਿਹੜਾ ਉਹ ਕਿਉਂ ਨੀ ਮਨਾਇਆ ਜਾਂਦਾ ਸਿਰਫ਼ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਬੰਦੀ ਛੋੜ ਆ ਉਹ ਹੀ ਕਿਉਂ ਮਨਾਇਆ ਜਾਂਦਾ ਅਸਲ ਦੇ ਵਿੱਚ ਗਲਤ ਹੈਗੀ ਉਹੀ ਜਿਹੜੀ ਤੁਸੀਂ ਵੀ ਵਾਰ ਵਾਰ ਕੀਤੀ ਆ ਵੀ ਮਨਾਉਣੀ ਤੇ ਅਸੀਂ ਹੈਗੀ ਦੀਵਾਲੀ ਪਰ ਜਾਣ ਬੁੱਝ ਕੇ ਅਸੀਂ ਉਹਨੂੰ ਬੰਦੀ ਛੋੜ ਦੇ ਨਾਮ ਦੇ ਨਾਲ ਹੈਗਾ ਜੋੜਦੇ ਹਾਂ ਜਦਕਿ ਬੰਦੀ ਛੋੜ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਜੁੜਦਾ ਆਪਾਂ ਹੁਣ ਗੱਲ ਇਤਿਹਾਸਿਕ ਗ੍ਰੰਥਾਂ ਦੀ ਜਦੋਂ ਕਰਦੇ ਹਾਂ ਇੱਕ ਤਾਂ 52 ਰਾਜਿਆਂ ਦੇ ਕੋਈ ਨਾਂ ਦੱਸ ਨਹੀਂ ਰਿਹਾ ਵੀ ਕਿਹੜੇ ਕਿਹੜੇ 52 ਰਾਜੇ ਹੈਗੇ ਸੀਗੇ ਆਉਣ ਦਾ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਬੰਦ ਰਹੇ ਆ ਉਹ ਤਰੀਕਾਂ ਸਾਰੇ ਵੱਖੋ ਵੱਖਰੀਆਂ ਵਾ ਉਹ ਸਮਾਂ ਸਾਰਾ ਵੱਖੋ ਵੱਖਰਾ ਦੱਸਦੇ ਪਏ ਆ ਫਿਰ ਜੇ ਅੰਮ੍ਰਿਤਸਰ ਪਹੁੰਚਿਆ ਤੇ ਸੂਰਜ ਪ੍ਰਕਾਸ਼ ਕਹਿੰਦਾ ਵੀ ਜਹਾਂਗੀਰ ਵੀ ਨਾਲ ਪਹੁੰਚਿਆ ਔਰ ਜਹਾਂਗੀਰ ਨੂੰ ਅਕਾਲ ਤਖ਼ਤ ਤੋਂ ਗੁਰੂ ਸਾਹਿਬ ਨੇ ਸਰੋਪੇ ਦਿੱਤੇ ਆ ਜਹਾਂਗੀਰ ਦੇ ਅਹਿਲਕਾਰਾਂ ਨੂੰ ਸਰੋਪੇ ਦਿੱਤੇ ਆ ਈਵਨ ਜਹਾਂਗੀਰ ਦੀਆਂ ਜਿਹੜੇ ਰਾਣੀਆਂ ਵਾ ਉਹਨਾਂ ਨੂੰ ਵੀ ਸਰੋਪੇ ਉਹਨਾਂ ਨੂੰ ਵੀ ਜਿਹੜਾ ਹੈਗੇ ਆ ਇੱਥੋਂ ਤੋਹਫੇ ਮਿਲੇ ਆ ਮਾਤਾ ਗੰਗਾ ਜੀ ਨੇ ਤੋਹਫੇ ਦਿੱਤੇ ਉਹਨਾਂ ਨੂੰ ਸਾਰਿਆਂ ਨੂੰ ਪਰ ਤੀਸਰੀ ਗੱਲ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਵੀ ਇੱਕ ਜੋੜਦਾ ਪਿਆ ਵਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦੋ ਰਾਜਿਆਂ ਨੂੰ ਜਿਹੜਾ ਬਾਲਾ ਰਾਏ ਤੇ ਰੁਸਤਮ ਰਾਏ ਜਿਹੜਾ ਉਹਨਾਂ ਨੂੰ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਪਤਾ ਨੀ ਮੇਰਾ ਖਿਆਲ ਹੈ ਵੀ ਆਪਾਂ ਸ਼ਾਇਦ ਇੱਥੇ ਪ੍ਰਸੰਗ ਵਿਚਾਰ ਚੁੱਕੇ ਹਾਂ ਜਾਂ ਨਹੀਂ ਮੈਨੂੰ ਯਾਦ ਨਹੀਂ ਆ ਰਿਹਾ ਪਰ ਮੈਂ ਸੰਖੇਪ ਦੇ ਵਿੱਚ ਚਲੋ ਉਹਦੀ ਗੱਲ ਕਰ ਲੈਂਦਾ ਹਾਂਜੀ ਹੁਣ ਜਦੋਂ ਇਹ ਬਾਲਾ ਰਾਏ ਤੇ ਰੁਸਤਮ ਰਾਏ ਦੀ ਗੱਲ ਕਰਦੇ ਹਾਂ ਹੁਣ ਅੱਜ ਦੇ ਕਿਸੇ ਵੀ ਪੜ੍ਹੇ ਲਿਖੇ ਦੇ ਅੱਗੇ ਉਹ ਇਤਿਹਾਸ ਇਹਨਾਂ ਦਾ ਲਿਖਿਆ ਹੋਇਆ ਰੱਖਦੇ ਹੋ ਹਾਂਜੀ
ਤੇ ਉਹਦੇ ਤੋਂ ਬਾਅਦ ਉਹਦੇ ਕੋਲੋਂ ਪੁੱਛੋ ਵੀ ਕੀ ਕੋਈ ਵੀ ਬੰਦਾ ਥੋੜੀ ਜਿਹੀ ਕਾਮਨ ਸੈਂਸ ਰੱਖਣ ਵਾਲਾ ਵੀ ਉਸ ਇਤਿਹਾਸ ਦੇ ਨਾਲ ਸਹਿਮਤ ਹੋ ਸਕਦਾ ਕਿ ਨਹੀਂ ਸਹਿਮਤ ਹੋ ਸਕਦਾ। ਹੁਣ ਸੂਰਜ ਪ੍ਰਕਾਸ਼ ਕਹਿੰਦਾ ਵੀ ਜਿਹੜਾ ਬਾਲਾ ਰਾਏ ਤੇ ਰੁਸਤਮ ਰਾਏ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੈਦ ਦੇ ਵਿੱਚੋਂ ਰਿਹਾ ਕਰਵਾਇਆ, ਉਹ ਕਹਿੰਦਾ ਵੀ ਇਹ ਰਾਜਪੂਤ ਰਾਜੇ ਸੀਗੇ, ਲੁੱਟਾ ਖੋਹਾਂ ਕਰਦੇ ਸੀਗੇ, ਇਹਨਾਂ ਨੂੰ ਪਕੜ ਕੇ ਮਰਾਟਿਆਂ ਨੇ ਕਹਿੰਦੇ ਵੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਤੇ ਜੇਲ੍ਹ ਦੇ ਵਿੱਚ ਪਹਿਰੇ ਦੇ ਉੱਤੇ ਇੱਕ ਸਿੱਖ ਸੀਗਾ, ਉਹ ਕਹਿੰਦੇ ਵੀ ਬਾਣੀ ਪੜ੍ਹਦਾ ਹੁੰਦਾ ਸੀ। ਇਹ ਉਹਨਾਂ ਦੇ ਕੋਲ ਪੁੱਛਦੇ ਆ ਵੀ ਤੂੰ ਬਾਣੀ ਕਿਹਦੀ ਪੜ੍ਹਦਾ, ਉਹਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਆ, ਵੀ ਉਹ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਦਾਦੇ ਗੁਰੂ ਨੇ ਵੀ 52 ਰਾਜੇ ਜਿਹੜੇ ਹੈਗੇ ਉਹ ਕੈਦ ਦੇ ਵਿੱਚੋਂ ਰਿਹਾ ਕਰਵਾਏ ਸੀਗੇ। ਤੇ ਉਹਦੇ ਕੋਲੋਂ ਸੁਣ ਕੇ ਜਿੱਦਾਂ ਇਹ ਵੀ ਅਰਦਾਸਾਂ ਲਾਪੇ ਕਰਨ ਵੀ ਸਾਨੂੰ ਵੀ ਗੁਰੂ ਸਾਹਿਬ ਆ ਕੇ ਕੈਦ ਦੇ ਵਿੱਚੋਂ ਰਿਹਾ ਕਰਵਾਓ। ਹਾਂਜੀ, ਉਹ ਕਹਿੰਦੇ ਵੀ ਗੁਰੂ ਸਾਹਿਬ ਆਉਂਦੇ ਆ ਪਹਿਲੀ ਗੱਲ ਤੇ ਇਹਨਾਂ ਨੂੰ ਕੈਦ ਵਿੱਚੋਂ ਰਿਹਾ ਕਰਵਾਉਣ ਵਾਸਤੇ, ਪਰ ਕੈਦ ਵਿੱਚੋਂ ਰਿਹਾ ਕਰਵਾਉਣ ਵਾਸਤੇ ਆਉਂਦੇ ਪਤਾ ਕਦੋਂ? ਸੰਤੋਖ ਸਿੰਘ ਮੁਤਾਬਕ ਜਦੋਂ ਗੁਰੂ ਗੋਬਿੰਦ ਸਿੰਘ ਸਰੀਰ ਤਿਆਗ ਚੁੱਕੇ ਆ। ਜੋਤੀ ਜੋਤ ਸਮਾ ਚੁੱਕੇ ਆ, ਉਹਨਾਂ ਦਾ ਚਲਾਣਾ ਹੋ ਚੁੱਕਾ ਵਾ, ਉਹਨਾਂ ਦਾ ਸੰਸਕਾਰ ਵੀ ਹੋ ਚੁੱਕਾ ਵਾ, ਔਰ ਉਸ ਤੋਂ ਬਾਅਦ ਕਹਿੰਦੇ ਘੋੜੇ ਤੇ ਸਵਾਰ ਹੋ ਕੇ ਆਉਂਦੇ ਆ, ਇਹਨਾਂ ਦੋਨਾਂ ਨੂੰ ਕਹਿੰਦੇ ਵੀ ਦੋਨੇ ਪਾਸੇ ਲਮਕ ਜਾਓ, ਮੇਰੇ ਘੋੜੇ ਦੀਆਂ ਦੋਨੇ ਪਾਸੇ ਰਕਾਬਾਂ ਨੂੰ ਤੁਸੀਂ ਪਕੜ ਲਓ। ਹਾਂਜੀ, ਤੇ ਫਿਰ ਕਹਿੰਦੇ ਆ ਵੀ ਜਿੰਨੇ ਵੀ ਅਹਿਲਕਾਰ ਬਾਕੀ ਹੈਗੇ ਆ ਤੁਸੀਂ ਉਹਨਾਂ ਨੂੰ ਆਵਾਜ਼ ਮਾਰੋ ਵੀ ਅਸੀਂ ਚੱਲੇ ਆ, ਜੇ ਤੁਸੀਂ ਰੋਕ ਸਕਦੇ ਆ ਤੇ ਰੋਕ ਲਓ ਸਾਨੂੰ। ਹਾਂਜੀ, ਤੇ ਜਿੱਦਾਂ ਕਹਿੰਦੇ ਪੰਛੀ ਉੱਡਦਾ ਨਾ ਇੱਦਾਂ ਗੁਰੂ ਸਾਹਿਬ ਆਪਣੇ ਘੋੜੇ ਨੂੰ ਉਡਾ ਕੇ ਲੈ ਕੇ ਗਏ ਉੱਥੋਂ, ਇਹਨਾਂ ਨੂੰ ਆਪਣੇ ਘੋੜਿਆਂ ਦੀਆਂ ਰਕਾਬਾਂ ਦੇ ਨਾਲ ਦੋਨਾਂ ਨੂੰ ਫੜਾ ਕੇ ਤੇ ਇੱਦਾਂ ਜੇਲ੍ਹ ਦੇ ਵਿੱਚੋਂ ਉੱਡ ਗਏ ਉਡਾਰੀ ਮਾਰ ਕੇ। ਔਰ ਰਿਹਾ ਜਿਹੜਾ ਹੈਗਾ ਉਹ ਵੇਲੇ ਕਰਵਾਇਆ ਜਦੋਂ ਗੁਰੂ ਗੋਬਿੰਦ ਸਿੰਘ ਸਰੀਰ ਕਰਕੇ ਇਸ ਸੰਸਾਰ ਤੋਂ ਚਲਾਣਾ ਜਿਹੜਾ ਹੈਗਾ ਉਹ ਕਰ ਚੁੱਕੇ ਆ। ਹਾਂਜੀ, ਔਰ ਹੈਰਾਨੀ ਦੀ ਗੱਲ ਹੈ ਵੀ ਇਹੋ ਜਿਹੀਆਂ ਕਥਾ ਕਹਾਣੀਆਂ ਜਿਹੜੀਆਂ ਸੰਤੋਖ ਸਿੰਘ ਨੇ ਲਿਖੀਆਂ, ਭਾਈ ਵੀਰ ਸਿੰਘ ਵਰਗੇ ਇਹਨਾਂ ਕਹਾਣੀਆਂ ਦੇ ਨਾਲ ਸਹਿਮਤ ਹੋ, ਭਾਈ ਵੀਰ ਸਿੰਘ ਇਹਨਾਂ ਕਹਾਣੀਆਂ ਦੇ ਉੱਤੇ ਮੋਹਰ ਲਾ ਰਹੇ ਆ ਵੀ ਇਹ ਗੁਰੂ ਸਾਹਿਬ ਜੀ ਦੇ ਕੌਂਤਕੇ ਆ, ਇਹ ਜਿਹੜੇ ਸ਼ਬਦ ਵਰਤਦੇ ਹੁੰਦੇ ਆ ਅਧਿਆਤਮਕ ਸ਼ਕਤੀ ਆ ਜਿੱਦਾਂ ਸਪਿਰਚੁਅਲ ਹੈਗੀ, ਬਸ ਉਹੋ ਜਿਹੇ ਸ਼ਬਦ ਵਰਤ ਵਰਤ ਕੇ ਜਿੱਦਾਂ ਲੋਕਾਂ ਦਾ ਬ੍ਰੇਨ ਵਾਸ਼ ਜਿਹੜਾ ਹੈਗਾ ਕੀਤਾ ਜਾ, ਰੂਹਾਨੀਅਤ ਦੀਆਂ ਗੱਲਾਂ ਜੀ ਇਹ ਤਾਂ, ਰੂਹਾਨੀਅਤ ਦੀਆਂ ਗੱਲਾਂ। ਉਹ ਜਿਹੜੀ ਆਪਾਂ ਗੱਲ ਪਹਿਲਾਂ ਆਖੀ ਸੀਗੀ ਵੀ ਇਹਨਾਂ ਇਤਿਹਾਸਕ ਪ੍ਰਸੰਗਾਂ ਦੇ ਉੱਤੇ ਜਿਹੜੇ ਹੁਣ ਆਪਾਂ ਸਵਾਲ ਉਠਾਉਂਦੇ ਹਾਂ, ਜੇ ਤਾਂ ਇਹਨਾਂ ਇਤਿਹਾਸਕ ਗ੍ਰੰਥਾਂ ਦੇ ਵਿੱਚੋਂ ਜਵਾਬ ਦੇਣੇ ਹੋਣ ਤੇ ਇਹਨਾਂ ਕੋਲ ਉਹਨਾਂ ਸਵਾਲਾਂ ਦੇ ਜਵਾਬ ਹੈਗੇ ਆ, ਪਰ ਉਹ ਜਵਾਬ ਏਦਾਂ ਦੇ ਹੋਣਗੇ ਜੀ। ਹੁਣ ਤੁਸੀਂ ਇਹਨਾਂ ਦੇ ਉੱਤੇ ਸਵਾਲ ਕਰੋ ਵੀ ਗੁਰੂ ਸਾਹਿਬ ਤੇ ਵੀ ਇੰਨੀ ਤਰੀਕ ਨੂੰ 1708 ਈਸਵੀ ਨੂੰ ਇੰਨੀ ਤਰੀਕ ਨੂੰ ਗੁਰੂ ਸਾਹਿਬ ਸਰੀਰ ਤਿਆਗ ਚੁੱਕੇ ਆ, ਉਹ ਤੋਂ ਇੰਨੇ ਸਮੇਂ ਬਾਅਦ ਤੁਸੀਂ ਕਹਿੰਦੇ ਵੀ ਬਾਲਿਆ ਰਾਏ ਤੋਂ ਰੁਸਤਮ ਰਾਏ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਇਆ, ਵੀ ਗੁਰੂ ਸਾਹਿਬ ਨੇ ਕਿੱਦਾਂ ਰਿਹਾ ਕਰਵਾਇਆ? ਹੁਣ ਅਸੀਂ ਤੇ ਜਿਹੜਾ ਤਰਕ ਕਰਾਂਗੇ ਜਾਂ ਲੋਕ ਜਿਹੜੇ ਪੜ੍ਹੇ ਲਿਖੇ ਇਹਨਾਂ ਦੇ ਉੱਤੇ ਸਵਾਲ ਕਰਨਗੇ, ਉਹ ਤੇ ਆਪਣੇ ਵੱਲੋਂ ਸਵਾਲ ਦਾ ਜਾਇਜ਼ ਹੋਊਗਾ, ਪਰ ਇਹਨਾਂ ਦਾ ਜਵਾਬ ਆਹੀ ਹੋਣਾ ਜਿਹੜਾ ਭਾਈ ਵੀਰ ਸਿੰਘ ਨੇ ਦਿੱਤਾ ਹੋਇਆ, ਜਿਹੜਾ ਭਾਈ ਸੰਤੋਖ ਸਿੰਘ ਨੇ ਦਿੱਤਾ ਹੋਇਆ। ਔਰ ਹੈਰਾਨੀ ਦੀ ਗੱਲ ਆ ਉਹੋ ਹੀ ਝੂਠ ਜਿਹੜਾ ਸਾਡੇ ਤਖਤਾਂ ਤੋਂ ਜਿਹੜਾ ਹੈਗਾ ਬਾਰ ਬਾਰ ਹਰ ਵਾਰੀ ਜਿਹੜਾ ਹੈਗਾ ਪ੍ਰਚਾਰਿਆ ਜਾ ਰਿਹਾ, ਔਰ ਉਹਨੂੰ ਆਖਿਆ ਜਾ ਰਿਹਾ ਵੀ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਦਿੱਤਾ ਜਾ ਰਿਹਾ। ਨਹੀਂ ਤਾਂ ਇਹਨਾਂ ਦੇ ਕੋਲ ਪੁੱਛਣ ਵਾਲੀ ਗੱਲ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਕਿਹੜਾ ਇਹਨਾਂ ਗੱਲਾਂ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਮੰਨੂਗਾ, ਇਹਨਾਂ ਸਵਾਲਾਂ ਦੇ ਉੱਤੇ, ਇਹਨਾਂ ਇਤਿਹਾਸਕ ਗ੍ਰੰਥਾਂ ਦੇ ਉੱਤੇ ਕਿਉਂ ਕਿੰਤੂ। ਹੁਣ ਜਥੇਦਾਰ ਪਿੱਟ ਦਾ ਵਾ ਵੀ ਸਾਡੇ ਗ੍ਰੰਥਾਂ ਨੂੰ ਚੈਲੰਜ ਕੀਤਾ ਜਾ ਰਿਹਾ, ਸਾਡੇ ਸਰੋਤਾਂ ਨੂੰ ਚੈਲੰਜ ਕੀਤਾ ਜਾ ਰਿਹਾ। ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਤੁਸੀਂ ਇੱਕ ਇਤਿਹਾਸ ਲਿਖ ਕੇ ਸਾਡੇ ਸਾਹਮਣੇ ਰੱਖ ਦਿਓ, ਅਸੀਂ ਉਹਨੂੰ ਵਿਚਾਰ ਲਈਏ, ਜਿਹੜਾ ਸਵਾਲ ਕਰਨਾ ਹੋਵੇ ਉਹਦੇ ਉੱਤੇ ਕਰ ਲਈਏ, ਪਰ ਉਹਨੂੰ ਸਾਡੇ ਸਾਹਮਣੇ ਰੱਖਣ ਤੋਂ ਬਾਅਦ ਬਾਕੀ ਦੇ ਜਿਹੜੇ ਗ੍ਰੰਥ ਹੈ ਉਹਨਾਂ ਨੂੰ ਤੁਹਾਨੂੰ ਆਪ ਰੱਦ ਕਰਨਾ ਪੈਣਾ। ਉਹ ਘੱਟੋ ਘੱਟ ਡੇਟਾਂ ਤਾਂ ਕਰ ਦਿਓ ਨਾ ਪਿਆ, ਤਰੀਕਾਂ ਇੱਥੇ ਤੱਕ ਆ, ਉਹ ਤੋਂ ਬਾਅਦ ਹੁਣ ਤੁਸੀਂ ਜੇ ਉਹਨਾਂ ਨੂੰ ਛੁਡਾਉਣਾ ਹੀ ਆ ਤਾਂ ਜਾਣੀ 1708 ਤੋਂ ਪਹਿਲਾਂ ਛੁਡਵਾ ਦਿਓ। ਪਰ ਕਿੱਦਾਂ ਛੁਡਾਓਗੇ? ਗੁਰੂ ਸਾਹਿਬ ਆਉਂਦੇ ਘੋੜੇ ਦੇ ਵਿੱਚ ਤੇ ਪੰਛੀ ਵਾਂਗੂ ਉਡਾਰੀ ਮਾਰ ਕੇ ਉੱਥੋਂ ਲੈ ਜਾਂਦੇ ਉਹਨਾਂ ਨੂੰ, ਔਰ ਆਪਣਾ ਸਰੀਰ ਤਿਆਗਣ ਤੋਂ ਬਾਅਦ ਗੁਰੂ ਸਾਹਿਬ ਕਈ ਨੂੰ ਦਰਸ਼ਨ ਦਿੰਦੇ ਆ, ਘੋੜੇ ਸਮੇਤ ਗੁਰੂ ਸਾਹਿਬ ਅਲੋਪ ਹੋ ਜਾਂਦੇ ਆ, ਗੁਰੂ ਸਾਹਿਬ ਦਾ ਇਹਦਾ ਸੰਸਕਾਰ ਕੀਤਾ ਜਾਂਦਾ, ਉਧਰ ਤਬੇਲੇ ਵਿੱਚੋਂ ਕਿਤੇ ਗੁਰੂ ਸਾਹਿਬ ਦਾ ਘੋੜਾ ਜਿਹੜਾ ਹੈਗਾ ਉਹ ਵੀ ਅਲੋਪ ਹੋ ਜਾਂਦਾ। ਬਲਕਿ ਜਦੋਂ ਹੁਣ ਤੁਸੀਂ ਪਹਿਲਾਂ ਇੰਦਰਾ ਗਾਂਧੀ ਦੀ ਗੱਲ ਕੀਤੀ ਸੀ, ਜੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿੱਚ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਸਾਡੇ ਸਾਹਮਣੇ ਰੱਖੀਆਂ ਜਾਣਗੀਆਂ, ਤੇ ਜਿਹੜਾ ਥੋੜਾ ਜਿਹਾ ਵੀ ਦਿਮਾਗ ਰੱਖਣ ਵਾਲਾ ਬੰਦਾ ਉਹ ਕਿਉਂ ਨਾ ਕਹੂਗਾ ਵੀ ਜ਼ਰੂਰ ਉੱਥੇ ਕੋਈ ਨਾ ਕੋਈ ਸਾਜਿਸ਼ ਹੋਈ ਆ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜ਼ਰੂਰ ਕੋਈ ਨਾ ਕੋਈ ਕਿਸੇ ਨਾ ਕਿਸੇ ਕਿਸਮ ਦਾ ਇਹਨਾਂ ਨੇ ਧੋਖਾ ਕੀਤਾ ਆ।